फ्रेंड्स प्लीज सब्सक्राइब अवर यूट्यूब चैनल, प्रेस सब्सक्राइब बटन एंड प्रेस बेल आइकन फॉर नोटिफिकेशंस, थैंक यू। सो सारे सब्सक्राइबर्स नूं प्यार भरी सत श्री अकाल। ते जी अज असीं ट्यूटोरियल पाउण लगे हां जी लैंबर हुसैनपुरी दा, बहुत ही प्यारा सोंग, बहुत ही हिट होया सी सोंग, जिन्ने गल दी गनी दे तेरे मन के नहीं उन्ने तेरे यार वैर ने, बहुत ही हिट होया सी सोंग। सो अज असीं उहदा ट्यूटोरियल पा रहे हां जी। सो जिन्हां भी ने चैनल नूं सबसक्राइब नहीं किया पहला चैनल नूं जरूर सबसक्राइब कर लो ताकि तुहानू अपडेट्स मिलते रहन, ते बैल आइकन नूं प्रेस कर दो नोटिफिकेशनस वास्ते ताकि जदों भी असीं वीडियो अपलोड करते हाँ ਤੁਹਾਡੇ ਕੋਲ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਹੁੰਚ ਜਾਏ। ਸੋ ਜੀ ਅੱਜ ਦਾ ਜਿਹੜਾ ਸਾਡਾ ਟਟੋਰੀਅਲ ਹੈ ਜੀ ਉਹ ਹੈ ਜੀ ਲੈਂਬਰ ਹੁਸੈਨਪੁਰੀ ਦਾ, ਬਹੁਤ ਹੀ ਪਿਆਰਾ ਸੌਂਗ, ਜਿੰਨੇ ਗੱਲ ਦੀ ਗਾਨੀ ਦੇ ਤੇਰੇ ਮਣਕੇ ਨਹੀਂ ਉਹਨੇ ਤੇਰੇ ਯਾਰ ਵੈਰ ਨੇ। ਸੋ ਜੀ ਲੈਂਬਰ ਹੁਸੈਨਪੁਰੀ ਤੁਸੀਂ ਜਾਣਦੇ ਹੀ ਹੋ ਕਿ ਉਹਨਾਂ ਦਾ ਸਕੇਲ ਤਾਂ ਬਹੁਤ ਹਾਈ ਸੀ, ਬਹੁਤ ਉੱਚੇ ਨੋਟਸ ਤੋਂ ਗਾਉਂਦੇ ਸੀ ਉਹ, ਪਰ ਆਪਾਂ ਸਕੇਲ ਤੁਹਾਨੂੰ ਮੀਡੀਅਮ ਦੱਸਾਂਗੇ ਜਿਹਦੇ 'ਚ ਮਤਲਬ ਹਰ ਕੋਈ ਗਾ ਸਕਦਾ ਈਜ਼ੀਲੀ। ਉਹਨਾਂ ਦਾ ਜਿਹੜਾ ਸਕੇਲ ਹੈ ਜੀ ਉਹ ਹੈ ਜੀ ਆਵਲਾ, ਤੀਸਰਾ ਕੱਚਾ ਸਕੇਲ ਹੈ ਉਹਨਾਂ ਦਾ, ਪਰ ਆਪਾਂ ਤੁਹਾਨੂੰ ਸੈਕਿੰਡ ਸਕੇਲ ਤੋਂ ਦੱਸੂੰਗਾ ਮੈਂ ਤਾਂ ਕਿ ਤੁਸੀਂ ਈਜ਼ੀਲੀ ਗਾ ਸਕੋ ਉਹਨੂੰ। ਆਹ ਸਕੇਲ ਤੋਂ ਗਾਓਗੇ ਤੁਸੀਂ, ਮੈਂ ਇੱਥੋਂ ਤੁਹਾਨੂੰ ਦੱਸ ਰਿਹਾ। ਸੋ ਤੁਸੀਂ ਧਿਆਨ ਨਾਲ ਦੇਖਿਓ, ਪਹਿਲਾਂ ਆਪਾਂ ਇਹਦਾ ਕਰਾਂਗੇ ਸਥਾਈ, ਸਥਾਈ ਦੀ ਮੈਂ ਇੱਕ ਲਾਈਨ ਦੱਸਾਂਗਾ ਗਾ ਕੇ, ਉਸ ਤੋਂ ਬਾਅਦ ਵਨ ਫਿੰਗਰ ਨਾਲ। ਸੋ ਧਿਆਨ ਨਾਲ ਦੇਖਿਓ ਤਾਂ ਕਿ ਤੁਹਾਨੂੰ ਪਲੇ ਕਰਨ 'ਚ ਕੋਈ ਪ੍ਰੋਬਲਮ ਨਾ ਆਏ। ਸੋ ਇਹ ਹੈ ਜੀ ਰਾਗ ਹੈ ਜੀ ਇਹਦਾ ਦਰਬਾਰੀ ਰਾਗ ਹੈ, ਅਤੇ ਸਕੇਲ ਆਪਾਂ ਦੂਸਰਾ ਰੱਖ ਰਹੇ ਹਾਂ। ਲੈਂਬਰ ਹੁਸੈਨਪੁਰੀ ਸਾਹਿਬ ਨੇ ਇੱਥੋਂ ਗਾਇਆ ਪਰ ਆਪਾਂ ਇੱਥੋਂ ਗਾ ਰਹੇ ਹਾਂ, ਇੱਥੋਂ ਤੁਹਾਨੂੰ ਮੈਂ ਦੱਸੂੰਗਾ ਤਾਂ ਕਿ ਤੁਸੀਂ ਈਜ਼ੀਲੀ ਇਹਨੂੰ ਗਾ ਵੀ ਸਕੋ ਆਵਲੇ ਸਕੇਲ ਤੋਂ, ਤਾਰ ਸਪਤਕ ਤੋਂ, ਮੈਂ ਬੰਦੇ ਸਪਤਕ ਤੋਂ ਤੁਹਾਨੂੰ ਦੱਸ ਰਿਹਾ। ਸੋ ਧਿਆਨ ਨਾਲ ਦੇਖਿਓ ਜੀ ਜਿਹੜੇ ਰੱਖਦੇ ਨੇ ਪੈਰ ਦੋਵਾਂ ਪੀੜੀਆਂ ਚ ਲੰਘਦੇ ਨਾ ਪਾਰ ਵੈਰ ਨੇ, ਜਿਹੜੇ ਰੱਖਦੇ ਨੇ ਪੈਰ ਦੋਵਾਂ ਪੀੜੀਆਂ ਚ ਲੰਘਦੇ ਨਾ ਪਾਰ ਵੈਰ ਨੇ। ਵਨ ਫਿੰਗਰ ਨਾਲ ਦੱਸਣ ਲੱਗਾ ਜੀ ਧਿਆਨ ਨਾਲ ਦੇਖਿਓ, ਜਿਹੜੇ ਰੱਖਦੇ ਨੇ ਪੈਰ ਦੋਵਾਂ ਪੀੜੀਆਂ ਚ ਲੰਘਦੇ ਨਾ ਪਾਰ ਵੈਰ ਨੇ, ਜਿਹੜੇ ਰੱਖਦੇ ਨੇ ਪੈਰ ਦੋਵਾਂ ਬੇੜੀਆਂ 'ਚ ਲੰਘਦੇ ਨਾ ਪਾਰ ਵੈਰ ਨੇ। ਉਸ ਤੋਂ ਬਾਅਦ ਹੈ ਜੀ ਅਗਲੀ ਲਾਈਨ, ਜਿਹਨੇ ਗਲ ਦੀ ਗਾਨੀ ਦੇ ਤੇਰੇ ਮਣਕੇ ਨੀ ਉਹਨੇ ਤੇਰੇ ਯਾਰ ਵੈਰ ਨੇ, ਜਿਹਨੇ ਗਲ ਦੀ ਗਾਨੀ ਦੇ ਤੇਰੇ ਮਣਕੇ ਨੀ ਉਹਨੇ ਤੇਰੇ ਯਾਰ ਵੈਰ ਨੇ। ਵਨ ਫਿੰਗਰ ਨਾਲ ਦੱਸਣ ਲੱਗਾ ਧਿਆਨ ਨਾਲ ਦੇਖਿਓ, ਜਿਹਨੇ ਗਲ ਦੀ ਗਾਨੀ ਦੇ ਤੇਰੇ ਮਣਕੇ ਨੀ ਉਹਨੇ ਤੇਰੇ ਯਾਰ ਵੈਰ ਨੇ, ਦੁਬਾਰਾ ਦੇਖ ਲਓ, ਜਿਹਨੇ ਗਲ ਦੀ ਗਾਨੀ ਦੇ ਤੇਰੇ ਮਣਕੇ ਨੀ ਉਹਨੇ ਤੇਰੇ ਯਾਰ ਵੈਰ ਨੇ, ਇੱਕ ਵਾਰ ਦੁਬਾਰਾ ਦੇਖ, ਜਿਹਨੇ ਗਲ ਦੀ ਗਾਨੀ ਦੇ ਤੇਰੇ ਮਣਕੇ ਨੀ ਉਹਨੇ ਤੇਰੇ ਯਾਰ ਵੈਰ ਨੇ। ਅਗਲੀ ਲਾਈਨ ਸੇਮ ਹੀ ਹੈ, ਜਿਹਨੇ ਗਲ ਦੀ ਗਾਨੀ ਦੇ ਤੇਰੇ ਮਣਕੇ ਨੀ ਉਹਨੇ ਤੇਰੇ ਯਾਰ ਵੈਰ ਨੇ, ਜਿਹਨੇ ਗਲ ਦੀ ਗਾਨੀ ਦੇ ਤੇਰੇ ਮਣਕੇ ਨੀ ਉਹਨੇ ਤੇਰੇ ਯਾਰ ਵੈਰ ਨੇ। ਕਰਨ ਲੱਗਾ ਮੈਂ ਦੇਖ ਲਓ, ਜਿਹਨੇ ਗਲ ਦੀ ਗਾਨੀ ਦੇ ਤੇਰੇ ਮਣਕੇ ਨੀ ਉਹਨੇ ਤੇਰੇ ਯਾਰ ਵੈਰ ਨੇ, ਜਿਹਨੇ ਗਲ ਦੀ ਗਾਨੀ ਦੇ ਤੇਰੇ ਮਣਕੇ ਨੀ ਉਹਨੇ ਤੇਰੇ ਯਾਰ ਵੈਰ ਨੇ। ਇਹ ਹੈ ਜੀ ਇਹਦਾ ਸਥਾਈ ਹੈ ਜੀ। ਸੋ ਆਪਾਂ ਹੁਣ ਕਰਾਂਗੇ ਇਹਦਾ ਅੰਤਰਾ, ਇਹ ਅੰਤਰਾ ਮੈਂ ਗਾਉਣ ਲੱਗਾ ਅਤੇ ਤੁਹਾਨੂੰ ਦੱਸਿਆ ਸੀ ਬੇਸਿਕਲੀ ਸਾਰੇ ਅੰਤਰੇ ਸਾਰੇ ਸੌਂਗਸ ਦੇ 90% ਸੇਮ ਹੀ ਹੁੰਦੇ ਆ। ਸੋ ਇਹਦੇ ਵੀ ਸਾਰੇ ਅੰਤਰੇ ਬਿਲਕੁਲ ਸੇਮ ਨੇ, ਸੋ ਮੈਂ ਅੰਤਰਾ ਪਲੇ ਕਰਨ ਲੱਗਾ, ਧਿਆਨ ਨਾਲ ਦੇਖਿਓ ਕਿਉਂਕਿ ਨੈਕਸਟ ਅੰਤਰੇ ਬਿਲਕੁਲ ਸੇਮ ਨੇ, ਤੁਹਾਨੂੰ ਦਿੱਕਤ ਨਹੀਂ ਆਉਣੀ ਚਾਹੀਦੀ ਨੈਕਸਟ ਅੰਤਰੇ ਪਲੇ ਕਰਨ 'ਚ। ਸੋ ਇਹਨੂੰ ਧਿਆਨ ਨਾਲ ਦੇਖਿਓ ਤੁਸੀਂ,
ਅਸੀਂ ਸਮਝ ਬੈਠੇ ਸੀ ਰੱਬ ਤੇਰੇ ਵਾਲੀ ਨੈਣਾ ਕੇ ਪਿਆਰ ਦੇਖ ਕੇ ਅਸੀਂ ਸਮਝ ਬੈਠੇ ਸੀ ਰੱਬ ਤੇਰੇ ਵਾਲੀ ਨੈਣਾ ਚ ਪਿਆਰ ਦੇਖ ਕੇ ਅਸੀਂ ਸਮਝ ਬੈਠੇ ਸੀ ਰੱਬ ਤੇਰੇ ਵਾਲੀ ਨੈਣਾ ਚ ਪਿਆਰ ਦੇਖ ਕੇ ਅਸੀਂ ਸਮਝ ਬੈਠੇ ਸੀ ਰੱਬ ਤੇਰੇ ਵਾਲੀ ਨੈਣਾ ਚ ਪਿਆਰ ਦੇਖ ਕੇ ਨੈਕਸਟ ਲਾਈਨ ਹੈ ਜੀ ਚੱਟ ਮੁੱਕਰੀ ਜਵਾਨਾਂ ਵਾਦੇ ਭੁੱਲ ਗਈ ਨੀਰਿਆਂ ਦੇ ਹਾਰ ਦੇਖ ਕੇ ਚੱਟ ਮੁੱਕਰੀ ਜਵਾਨ ਚੱਟ ਮੁੱਕਰੀ ਜਵਾਨਾਂ ਵਾਦੇ ਭੁੱਲ ਗਈ ਨੀਰਿਆਂ ਦੇ ਹਾਰ ਦੇਖ ਕੇ ਵਨ ਫਿੰਗਰ ਨਾਲ ਦੱਸਣ ਲੱਗਾ ਜੀ ਮੈਂ ਧਿਆਨ ਨਾਲ ਦੇਖਾਂ ਚੱਟ ਮੁੱਕਰੀ ਜਵਾਨਾਂ ਵਾਦੇ ਭੁੱਲ ਗਈ ਨੀ ਹੀਰਿਆਂ ਦੇ ਹਾਰ ਦੇਖ ਕੇ ਚੱਟ ਮੁੱਕਰੀ ਜਵਾਨਾਂ ਵਾਦੇ ਭੁੱਲ ਗਈ ਨੀ ਹੀਰਿਆਂ ਦੇ ਹਾਰ ਦੇਖ ਕੇ ਦੁਬਾਰਾ ਦੇਖ ਲਓ ਚੱਟ ਮੁੱਕਰੀ ਜਵਾਨਾਂ ਵਾਦੇ ਭੁੱਲ ਗਈ ਨੀ ਹੀਰਿਆਂ ਦੇ ਹਾਰ ਦੇਖ ਕੇ ਉਸ ਤੋਂ ਬਾਅਦ ਨੈਕਸਟ ਲਾਈਨ ਹੈ ਜੀ ਜਦੋਂ ਟਲੇਗੀ ਜਵਾਨੀ ਲੱਭਣੇ ਨੀ ਦਿਲ ਜਾਨੀ ਜਦੋਂ ਟਲੇਗੀ ਜਵਾਨੀ ਲੱਭਣੇ ਨੀ ਦਿਲ ਜਾਨੀ ਜਦੋਂ ਟਲੇਗੀ ਜਵਾਨੀ ਲੱਭਣੇ ਨੀ ਦਿਲ ਜਾਨੀ ਦੁਬਾਰਾ ਦੇਖ ਲਓ ਜਦੋਂ ਟਲੇਗੀ ਜਵਾਨੀ ਲੱਭਣੇ ਨੀ ਦਿਲ ਜਾਨੀ ਨੈਕਸਟ ਲਾਈਨ ਹੈ ਸੇਮ ਹੀ ਹੈ ਜਦੋਂ ਟਲੇਗੀ ਜਵਾਨੀ ਲੱਭਣੇ ਨੀ ਦਿਲ ਜਾਨੀ 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 ਨੈਕਸਟ ਲਾਈਨ ਹੈ ਜੀ ਉਦੋਂ ਤਪਦੀ ਕਲੇਜੇ ਵਾਲੀ ਅੱਗ ਤੇਰੀ ਫੌਜੀ ਠੰਡੀ ਠਾਰ ਬਹਿਰੇ ਉਦੋਂ ਤਪਦੀ ਕਲੇਜੇ ਵਾਲੀ ਅੱਗ ਤੇਰੀ ਫੌਜੀ ਠੰਡੀ ਠਾਰ ਬਹਿਰੇ ਉਦੋਂ ਤਪਦੀ ਕਲੇਜੇ ਵਾਲੀ ਅੱਗ ਤੇਰੀ ਫੌਜੀ ਠੰਡੀ ਠਾਰ ਬਹਿਰੇ ਉਦੋਂ ਤਪਦੀ ਕਲੇਜੇ ਵਾਲੀ ਅੱਗ ਤੇਰੀ ਫੌਜੂ ਠੰਡੀ ਠਾਰ ਮੈਰੇ ਨੈਕਸਟ ਲਾਈਨ ਜਿੰਨੇ ਗਾਲੀ ਦੀ ਗਨੀ ਨੇ ਤੇਰੇ ਮਣਕੇ ਨੀ ਉਹਨੇ ਤੇਰੇ ਯਾਰ ਮੈਰੇ ਜਿੰਨੇ ਗਾਲੀ ਦੀ ਗਨੀ ਨੇ ਤੇਰੇ ਮਣਕੇ ਨੀ ਉਹਨੇ ਤੇਰੇ ਯਾਰ ਮੈਰੇ ਜਿੰਨੇ ਗਾਲੀ ਦੀ ਗਾਨੀ ਦੇ ਤੇਰੇ ਮਣਕੇ ਨੀ ਉਹਨੇ ਤੇਰੇ ਯਾਰ ਵੈਰੇ ਜਿੰਨੇ ਗਾਲੀ ਦੀ ਗਾਨੀ ਜਿੰਨੇ ਗਾਲੀ ਦੀ ਗਾਨੀ ਦੇ ਤੇਰੇ ਮਣਕੇ ਨੀ ਉਹਨੇ ਤੇਰੇ ਯਾਰ ਵੈਰੇ ਨੈਕਸਟ ਲਾਈਨ ਸੇਮ ਹੀ ਹੈ ਜਿੰਨੇ ਗਾਲੀ ਦੀ ਗਾਨੀ ਦੇ ਤੇਰੇ ਮਣਕੇ ਨੀ ਉਹਨੇ ਤੇਰੇ ਯਾਰ ਵੈਰੇ ਜਿੰਨੇ ਗਾਲੀ ਦੀ ਗਾਨੀ ਦੇ ਤੇਰੇ ਮਣਕੇ ਨੀ ਉਹਨੇ ਤੇਰੇ ਯਾਰ ਵੈਰ ਨੇ ਜਿੰਨੇ ਗਾਲੀ ਦੀ ਗਾਨੀ ਦੇ ਤੇਰੇ ਮਣਕੇ ਨੀ ਉਹਨੇ ਤੇਰੇ ਯਾਰ ਵੈਰ ਨੇ ਦੁਬਾਰਾ ਦੇਖ ਲਓ ਜਿੰਨੇ ਗਾਲੀ ਦੀ ਗਾਨੀ ਦੇ ਤੇਰੇ ਮਣਕੇ ਨੀ ਉਹਨੇ ਤੇਰੇ ਯਾਰ ਵੈਰ ਨੇ ਸੋ ਇਹ ਹੈ ਜੀ ਫੁੱਲ ਸੌਂਗ ਇਹਦਾ ਜਿਹੜਾ ਅੰਤਰਾ ਮੈਂ ਤੁਹਾਨੂੰ ਦੱਸਿਆ ਅਤੇ ਸੇਮ ਸਾਰੇ ਅੰਤਰੇ ਬਿਲਕੁਲ ਸੇਮ ਇਹਦੇ ਨਾਲ ਦੇ ਨੇ ਮਤਲਬ ਸੇਮ ਕੰਪੋਜ਼ ਹੈ ਅਤੇ ਸੇਮ ਤਰ੍ਹਾਂ ਗਾਏ ਆ ਉਹਨਾਂ ਨੇ ਸੋ ਇਹਦੀ ਪ੍ਰੈਕਟਿਸ ਅੱਛੀ ਤਰ੍ਹਾਂ ਕਰ ਲਓ ਤਾਂ ਕਿ ਤੁਹਾਨੂੰ ਨੈਕਸਟ ਅੰਤਰੇ ਪਲੇਅ ਕਰਨ 'ਚ ਪ੍ਰੋਬਲਮ ਨਾ ਆਵੇ ਸੋ ਜੀ ਜਿਨ੍ਹਾਂ ਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਜ਼ਰੂਰ ਲਾਈਕ ਕਰ ਦਿਆ ਕਰੋ ਜੀ ਜੇ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਜਿਹਦੇ ਨਾਲ ਸਾਨੂੰ ਪਤਾ ਲੱਗੇ ਤੁਸੀਂ ਸਿੱਖ ਰਹੇ ਹੋ ਸਾਡੇ ਤੋਂ ਸਾਨੂੰ ਚੰਗਾ ਲੱਗਦਾ ਅਤੇ ਨਾਲੇ ਆਪਣੇ ਫਰੈਂਡਸ ਨੂੰ ਵੀ ਸ਼ੇਅਰ ਕਰਿਆ ਕਰੋ ਜੀ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ ਜਿਹੜੇ ਵੀ ਪਲੇ ਕਰਨਾ ਚਾਹੁੰਦੇ ਆ ਹਰਮੋਨੀਅਮ ਅਤੇ ਸੌਂਗਸ ਉਹਨਾਂ ਨੂੰ ਸ਼ੇਅਰ ਕਰਿਆ ਕਰੋ ਜੀ ਵੱਧ ਤੋਂ ਵੱਧ ਸੋ ਥੈਂਕ ਯੂ ਜੀ ਨੈਕਸਟ ਟਿਊਟੋਰੀਅਲ ਨਾਲ ਜਲਦੀ ਹੀ ਮਿਲਦੇ ਹਾਂ ਥੈਂਕ ਯੂ